ਰੇਡੀਓ ਸਿਟੀ ਸੁਣਦੇ ਹੋ, ਦੇਖ ਰਹੇ ਹੋ, ਮੈਂ ਹੈਗਾ ਆਰਜੇ ਦੀਪ। ਐਂਡ ਸਿਟੀ ਦਾ ਜ਼ਾਇਕਾ ਜਿਹੜਾ ਹੈਗਾ ਨਾ, ਜਲੰਧਰ ਸ਼ਹਿਰ ਦਾ ਜ਼ਾਇਕਾ ਹੈਗਾ, ਰੋਜ਼ ਤੁਹਾਡੇ ਰੂਬਰੂ ਕਰਵਾਉਣਾ ਹੁੰਦਾ। ਅਤੇ ਅੱਜ ਇੱਕ ਖਾਸ ਜਗ੍ਹਾ 'ਤੇ ਆਇਆ ਮੈਂ, ਪਤਾ ਕਿੱਥੇ? ਪਹਿਲਾਂ ਬਾਹਰ ਨਿਕਲ ਜਾਵਾਂ, ਫਿਰ ਦੱਸਦਾ। ਐਨ ਹੋਈਏ ਬੈਠੇ ਬੈਠੇ ਨਜ਼ਾਰੇ ਲਈ ਜਾਵਾਂ। ਅੱਜ ਅਸੀਂ ਆਏ ਹੋਏ ਹਾਂ ਦੀਨਾ ਨਾਥ ਕੁਲਚੇ ਵਾਲੇ ਦੇ ਕੋਲ, ਜੋ ਕਿ ਬੜੇ ਫੇਮਸ ਹੈਗੇ। ਅਸੀਂ ਜਿੰਨਾ ਰਸ਼ ਹੈ ਨਾ ਇੱਥੇ, ਮੈਨੂੰ ਲੱਗਦਾ ਨਹੀਂ ਮੇਰੀ ਵਾਰੀ ਆਉਣੀ ਹੈ, ਪਰ ਡਟੇ ਹਾਂ। ਹੈ ਜੀ, ਪ੍ਰੋਪਰਲੀ ਮੈਂ ਲਾਈਨ 'ਚ ਲੱਗਾ, ਹੋ ਸਕਦਾ ਮੇਰੀ ਵਾਰੀ ਆ ਜਾਵੇ। ਤੁਸੀਂ ਵੀ ਆ ਜਾਓ, ਰਲ ਕੇ ਖਾਂਦੇ। ਓਕੇ, ਸੋ ਅੱਜ ਆਪਾਂ ਦੀਨਾ ਨਾਥ ਦੇ ਕੁਲਚੇ, ਜੋ ਕਿ ਬੜੇ ਫੇਮਸ ਹੈਗੇ ਆ, ਇੱਧਰ ਅਸੀਂ ਆਏ ਹੋਏ ਹਾਂ ਅਤੇ ਇਹਨਾਂ ਨਾਲ ਪ੍ਰੋਪਰ ਗੱਲਬਾਤ ਕਰਦੇ ਹਾਂ। ਓਕੇ, ਸੋ ਹੁਣ ਮੇਰੇ ਨਾਲ ਉਹ ਖੜੇ ਆ ਜੋ ਇਸ ਸਵਾਦ ਹੈ ਨਾ ਉਹਨੂੰ ਪਰੋਸਦੇ ਹੈਗੇ ਆ ਪੂਰੇ ਜਲੰਧਰ ਸ਼ਹਿਰ ਨੂੰ। ਸਰ, ਮਤਲਬ ਕਿਆ ਖਾਸ ਕਿਆ ਹੈ ਇੰਚਾਂ ਨੂੰ, ਮੈਂ ਜੋ ਸਾਰੇ ਸ਼ਹਿਰ ਸੀ ਉਹ ਗਈ ਪਿਆ ਅਤੇ ਦੀਨਾ ਨਾਥ ਕੇ ਇੰਨੇ ਮਸ਼ਹੂਰ ਹੈ ਕੁਲਚੇ? ਖਾਸ ਕੌਣ ਸੇ ਮਸਾਲੇ ਜੋ ਮਿਕਸ ਕਰਦੇ ਹੋ ਆਪ, ਮਤਲਬ ਪਾ ਕੇ ਜੋ ਜ਼ੁਬਾਨ ਲਪ ਆਤੀ ਰਹਿਤੀ ਹੈ ਕਿ ਭਾਈ ਇਹੀ ਖਾਣੇ? ਬੜੀਆ ਮਸਾਲੇ ਹੀ ਹੈ, ਬੜੀਆ ਤਰ੍ਹਾਂ ਦੇ ਠੀਕ ਹੈ, ਸਿੱਧੇ ਮਸਾਲੇ ਹੈ। ਤੋ ਕਿੰਨੇ ਸਾਲ ਸੇ ਇਹ ਚੱਲ ਰਿਹਾ ਆਪਕੇ? 7 ਸਾਲ ਤੋਂ ਹੋ ਗਏ, 30 ਹੋ ਗਏ। 30 ਸਾਲ ਸੇ ਚੱਲ ਰਹੀ, 30 ਸਾਲ ਹੋ ਗਏ ਆ ਕਿ ਇੱਥੇ ਦੁਕਾਨ ਪ੍ਰੋਪਰ ਕਾਇਮ ਹੈ ਅਤੇ ਨਜ਼ਾਰੇ ਆ। ਹੁਣ ਮੈਂ ਖਾ ਕੇ ਟੇਸਟ ਵੀ ਕਰਨ ਲੱਗਾ, ਹੋਏ ਹੋਏ ਨਜ਼ਾਰੇ ਆਉਣ ਵਾਲੇ ਆ। ਪਹਿਲਾਂ ਵੀ ਟੇਸਟ ਕੀਤਾ, ਹੁਣ ਫਿਰ ਕਰਾਂਗਾ, ਨਜ਼ਾਰੇ ਆਉਣਗੇ। ਪੰਜਾਬੀਆਂ ਦੇ ਅੰਦਰੋਂ ਕੁਲਚੇ ਛੋਲੇ ਕੱਢਣੇ ਬਹੁਤ ਜ਼ਿਆਦਾ ਮੁਸ਼ਕਲ ਹੈਗੇ। ਹੁਣ ਮੈਂ ਜ਼ਾਇਕਾ ਲੈਣ ਲੱਗਾ ਟੇਸਟ ਕਰਕੇ ਕਿ ਕਿੱਦਾਂ ਦੇ ਹੈਗੇ। ਰਿਹਾ ਨਹੀਂ ਜਾ ਰਿਹਾ ਮੇਰੇ ਤੋਂ। ਐਂਡ ਸਰਾ ਮੈਂ ਗਿਆ ਜੀ, ਲਾਜਵਾਬ ਲੈ ਹੋਰ ਆ ਗਏ ਆ, ਲੱਗਦਾ ਸਾਰੇ ਮੈਂ ਹੀ ਖਾ ਜਾਣੇ ਆ। ਬਾਕੀ ਤੁਸੀਂ ਵੀ ਜ਼ਰੂਰ ਜਦੋਂ ਵੀ ਜਲੰਧਰ ਆਓ ਤਾਂ ਇਹ ਜ਼ਾਇਕਾ ਜ਼ਰੂਰ ਲੈਣਾ, ਦੀਨਾ ਨਾਥ ਦੇ ਕੁਲਚੇ ਛੋਲੇ, ਵਰਲਡ ਫੇਮਸ। ਬਸ ਤੁਸੀਂ ਸੁਣਦੇ ਰਹੋ, ਦੇਖਦੇ ਰਹੋ ਰੇਡੀਓ ਸਿਟੀ। ਮੈਂ ਗਿਆ ਜੀ ਰਗ ਰਗ ਚ ਦੌੜੇ ਸਿਟੀ।